अनेक बार अनेक बार सर्व कला
कर देख दा
आवे को सतगुर पुर दाता सतगुर दाता सतगुरु पुरख दयाल है जिसनो जिसनो समेत सब को जिसनो समेत सब को सतगुरु पुरख दयाल है सतगुरु पुरख दयाल है एक दृष्टि कर देखदा सतगुरु पुरख दयाल है सतगुरु पुरख दयाल है जिसनु समत सब को जिसनु समत सब को एक दृष्टि कर देखदा खत्री ब्राह्मण सूद वैसे एक दृष्टि कर देखदा अग्गे जात ना जोर है अग्गे जात ना जोर है अग्गे जियो नवे जिनकी लेखे पत पवे पुछन गल ईमान दी छन गल ईमान दी काजी मुल्ला कठे होई वड्डा सांग वर्तिया लख ना सके कुदरत कोई छन खोल किताब नू रुकना चाहिए उस किताब नू ही तो समझना है जेडी गुरु नानक ने आरंभ की थी सी जड़ी गुरु नानक कोल सी जिन्नू वेख के ही काजी मुलानिया ने सवाल कीता सी आ तेरी किताब की कहंदी
ਸਾਡੀ ਬਦਕਿਸਮਤੀ ਅਸੀਂ ਉਸ ਕਿਤਾਬ 'ਤੇ ਹੀ ਸ਼ੰਕੇ ਸ਼ੁਰੂ ਕਰ ਦਿੱਤੇ ਬਜਾਏ ਉਸ ਕਿਤਾਬ ਨੂੰ ਪੁੱਛਦੇ ਚਲੋ ਗੁਰੂ ਨਾਨਕ ਕੋਲੋਂ ਹੀ ਪੁੱਛ ਲਈਏ ਕਾਜ਼ੀ ਮੁੱਲਾ ਕਿੱਡੇ ਚੰਗੇ ਨੇ ਉਹਨਾਂ ਨੇ ਕੋਈ ਵੀ ਫੈਸਲਾ ਦ੍ਰਿੜ ਕਰਨ ਤੋਂ ਪਹਿਲਾਂ ਕਿਤਾਬ ਦੇ ਮਾਲਕ ਕੋਲੋਂ ਹੀ ਪੁੱਛ ਲਿਆ ਆ ਤੇਰੀ ਕਿਤਾਬ ਕੀ ਕਹਿੰਦੀ ਹੈ ਅੱਜ ਅਸੀਂ ਕਿਤਾਬ ਦੇ ਉਸੇ ਹੀ ਕਿਤਾਬ ਦੇ ਐਗਜ਼ਾਮਪਲ ਦੇ ਕੇ ਕਈ ਕਈ ਕੁਝ ਕਹੀ ਜਾਂਦੇ ਹਾਂ ਜਿਹਦੇ ਤੋਂ ਸਧਾਰਨ ਸਿੱਖ ਨਾ ਸਮਝ ਸਕਣ ਵਾਲਾ ਗੁੰਮਰਾਹ ਹੋ ਜਾਂਦਾ ਸਵਾਲ ਬਿਲਕੁਲ ਸੇਮ ਹੈ ਭਾਈ ਗੁਰਦਾਸ ਜੀ ਦਾ ਅਤੇ ਅੱਜ ਦੇ ਹਾਲਾਤ ਦਾ ਸਭ ਨੇ ਆਪਣੀ ਰਸਨਾ ਤੋਂ ਆਖਿਆ ਕਹਿਣ ਲੱਗੇ ਪੁੱਛਣ ਖੋਲ ਕਿਤਾਬ ਆਪਣੀ ਕਿਤਾਬ ਖੋਲ ਤੇ ਸਾਡਾ ਇੱਕ ਮਸਲਾ ਹੱਲ ਕਰ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨੋਈ ਤੇਰੀ ਕਿਤਾਬ ਕੀ ਕਹਿੰਦੀ ਹਿੰਦੂ ਮਹਾਨ ਹੈ ਕਿ ਮੁਸਲਮਾਨ ਹੁਣ ਕਈ ਬਰਸ ਕਰਨਾ ਸੋਚਿਓ ਗੁਰੂ ਨਾਨਕ ਕਿਤਾਬ ਜਿਹਨੇ ਸੰਭਾਲ ਕੇ ਰੱਖੀ ਸਾਨੂੰ ਦਿੱਤੀ ਸਾਡੇ ਤੱਕ ਪਹੁੰਚਾਈ ਤੇ ਹੂ ਬਹੂ ਇਨ ਬਿਨ ਸਾਡੇ ਤੱਕ ਪਹੁੰਚਾਈ ਉਹ ਕੋਈ ਲਿਹਾਜ਼ ਕਰਨ ਵਾਲਾ ਨਹੀਂ ਨਾ ਉਹਨੇ ਇਹ ਸੋਚਿਆ ਕਿ ਮੈਨੂੰ ਹਿੰਦੂ ਆਖਦੇ ਨੇ ਕਿਤੇ ਮੈਂ ਇਹ ਆਖਦਿਆਂ ਕਿ ਮੁਸਲਿਮ ਮਹਾਨ ਹੈ ਹਿੰਦੂ ਛੋਟਾ ਹੈ ਅਤੇ ਕਿਤੇ ਮੇਰੇ ਲੋਕ ਨਾਰਾਜ਼ ਨਾ ਹੋ ਜਾਣ ਹਿੰਦੂ ਨਾਰਾਜ਼ ਗੁੱਸੇ ਨਾ ਹੋ ਜਾਏ ਨਾ ਉਹ ਇਸ ਗੱਲ ਤੋਂ ਡਰਿਆ ਕਿ ਮੈਂ ਤਾਂ ਇਸਲਾਮ ਦੇ ਕੇਂਦਰ ਵਿੱਚ ਬੈਠਾ ਕਾਬੇ ਵਿੱਚ ਬੈਠਾ ਜੇ ਇਸਲਾਮ ਦੇ ਮੁਸਲਮਾਨ ਦੇ ਖਿਲਾਫ ਕੋਈ ਫੈਸਲਾ ਦਿੱਤਾ ਤੇ ਕਿਤੇ ਮੈਨੂੰ ਸਜ਼ਾ ਨਾ ਦੇ ਦੇਣ ਕਿਤੇ ਨਾਰਾਜ਼ ਨਾ ਹੋ ਜਾਣ ਬਾਬਾ ਇਹਨਾਂ ਦੋਨਾਂ ਗੱਲਾਂ ਤੋਂ ਨਿਊਟਰਲ ਹੈ ਭਾਈ ਸਾਹਿਬ ਨੇ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨੋਈ ਬਾਬੇ ਦਾ ਜਵਾਬ ਕੀ ਹੈ ਬਾਬਾ ਆਖੇ ਹਾਜੀਆ ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋ ਦੋਨੋ ਰੋਈ ਕੋਈ ਲਿਹਾਜ਼ ਨਹੀਂ ਸੱਚ ਬੋਲਣ ਲੱਗਿਆ ਦਿਲ ਜਿਗਰੇ ਦੀ ਲੋੜ ਹੁੰਦੀ ਹੈ ਜੇ ਅੱਜ ਦਾ ਸਮਾਂ ਹੁੰਦਾ ਅਸੀਂ ਉਸ ਕਿਤਾਬ ਦੇ ਜਿਵੇਂ ਅੱਜ ਅਰਥ ਹੀ ਬਦਲ ਰਹੇ ਹਾਂ ਵਿਚਾਰਧਾਰਾ ਬਦਲ ਕੇ ਆਪਣੀ ਮਰਜ਼ੀ ਦੀ ਵਰਤੋਂ ਕਰ ਰਹੇ ਹਾਂ ਗੁਰੂ ਨਾਨਕ ਵੀ ਕਰ ਲੈਂਦਾ ਮੇਰੀ ਕਿਤਾਬ ਵਿੱਚ ਤਾਂ ਆਹ ਲਿਖਿਆ ਬਾਬਾ ਸੱਚ ਬੋਲਣ ਵਾਲਾ ਸੀ ਸਤਿਗੁਰੂ ਦੇ ਸੰਬੰਧ ਵਿੱਚ ਸ਼ਬਦ ਆਇਆ ਨਾ ਜਿਹਦੇ ਇੱਕ ਲਫ਼ਜ਼ ਨੇ ਸਤਿਗੁਰ ਪੁਰਖ ਦਇਆਲ ਹੈ
ਅਗਲੇ ਪਾਸੇ ਲਫ਼ਜ਼ ਨੇ ਜਿਸ ਨੂੰ ਕਈ ਵਾਰ ਪਾਠੀ ਸਿੰਘ ਸਮੱਤ ਪੜ ਜਾਂਦੇ ਨੇ, ਸਮੱਤ ਨਹੀਂ ਮੰਮੇ ਤੇ ਅਦਕ ਨਹੀਂ ਔਰ ਬੋਲਣੀ ਵੀ ਨਹੀਂ, ਸਮੱਤ ਨਹੀਂ ਸਮਤ। ਸਮਤ ਦਾ ਮਤਲਬ ਹੁੰਦਾ ਹੈ ਬਰਾਬਰਤਾ, ਸਮ ਇੱਕੋ ਜਿਹਾ, ਜਿਸ ਨੂੰ ਸਮਤ ਸਭ ਕੋ। ਸਤਿਗੁਰੂ ਪੁਰਖ ਦਇਆਲ ਹੈ, ਉਹ ਕਿਸੇ ਦਾ ਵੀ ਦੁਸ਼ਮਣ ਨਹੀਂ, ਕਿਸੇ ਦਾ ਵੀ ਦੁਸ਼ਮਣ ਨਹੀਂ। ਗੁਰੂ ਨੇ ਦੂਸਰੇ ਸ਼ਬਦ ਵਿੱਚ ਆਖਿਆ ਸਤਿਗੁਰੂ ਅੰਦਰੋਂ ਨਿਰਵੈਰ ਹੈ, ਸਤਿਗੁਰੂ ਦੇ ਅੰਦਰ ਵੈਰ ਕਿਸੇ ਲਈ ਨਹੀਂ, ਉਹ ਤਾਂ ਸੱਚ ਬੋਲਣ ਜਾਣਦਾ ਹੈ। ਵੈਰੀ ਕਦੇ ਸੱਚ ਨਹੀਂ ਬੋਲ ਸਕਦਾ, ਕਿਸੇ ਸਾਜਿਸ਼ ਅਧੀਨ ਦੁਸ਼ਮਣੀ ਕਮਾਉਣ ਵਾਲਾ ਕਦੀ ਸੱਚ ਨਹੀਂ ਬੋਲ ਸਕਦਾ, ਉਹ ਗੱਲ ਬਦਲਦਾ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ, ਇਸ ਲਈ ਜਦੋਂ ਬਾਬੇ ਕੋਲੋਂ ਪੁੱਛਿਆ ਗਿਆ ਨਾ ਉਸਨੇ ਨਿਰਵੈਰਤਾ ਨਾਲ, ਉਹਨੇ ਆਖਿਆ ਨਾ ਮੈਂ ਹਿੰਦੂ ਦਾ ਵੈਰੀ ਹਾਂ ਨਾ ਮੈਂ ਇਸਲਾਮ ਦਾ ਵੈਰੀ ਹਾਂ, ਜਿਸ ਨੂੰ ਸਮਝਦੇ ਸਭ ਕੋਈ, ਨਾ ਮੈਂ ਖੱਤਰੀ ਦਾ ਵੈਰੀ ਹਾਂ ਨਾ ਮੈਂ ਬ੍ਰਾਹਮਣ ਦਾ ਵੈਰੀ ਹਾਂ, ਨਾ ਮੈਂ ਸ਼ੂਦਰ ਦਾ ਵੈਰੀ ਹਾਂ ਨਾ ਮੈਂ ਵੈਸ਼ ਦਾ ਵੈਰੀ ਹਾਂ। ਮੇਰਾ ਤਾਂ ਉਪਦੇਸ਼, ਮੇਰੀ ਤਾਂ ਗੱਲ ਸਾਰਿਆਂ ਲਈ ਸਾਂਝੀ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ, ਕਿਉਂਕਿ ਮੈਂ ਸਾਰਿਆਂ ਦਾ। ਗੁਰੂ ਨਾਨਕ ਕਿਸੇ ਤੋਂ ਦੂਰ ਨਹੀਂ, ਕਿਸੇ ਨੂੰ ਮਾੜਾ ਨਹੀਂ ਆ। ਹਾਂ ਇਹ ਗੱਲ ਵੱਖਰੀ ਹੈ ਜੇ ਉਹ, ਕਿਉਂਕਿ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਹੈ, ਸਭ ਕੋ ਮੀਤ ਹਮ ਆਪਣ ਕਿੰਨਾ ਹਮ ਸਭਨਾ ਕੇ ਸਾਜਨ, ਅਤੇ ਜਿਹੜੇ ਆਪਣੇ ਹੋਣ ਉਹਨਾਂ ਨੂੰ ਸਾਫ਼ ਸੁਥਰਾ ਪਵਿੱਤਰ ਰੱਖਣਾ ਵੀ ਤਾਂ ਉਹਦੀ ਡਿਊਟੀ, ਉਹਦੇ ਮਨ ਦਾ ਚਾਅ ਹੁੰਦਾ ਨਾ, ਚਾਅ ਹੁੰਦਾ ਆਪਣੇ। ਉਹ ਤਾਂ ਲੋਕ ਕਹਿੰਦਾ ਚਾਹੁੰਦੇ ਨੇ ਕਿ ਸਾਫ਼ ਸੁਥਰੇ ਰਹਿਣ, ਗੁਆਂਢੀ ਦਾ ਪੁੱਤਰ ਭਾਵੇਂ 10 ਦਿਨ ਦਾ ਨਾ ਨਹਾਤਾ ਹੋਵੇ, ਕਦੀ ਸਾਨੂੰ ਫਿਕਰ ਨਹੀਂ ਹੋਇਆ, ਆਪਣੇ ਪੁੱਤਰ ਨੂੰ ਸਵੇਰੇ ਉੱਠ ਕੇ ਮੂੰਹ ਧੋ ਲੈ, ਸਾਫ਼ ਕਰ ਲੈ, ਕਰੀਮ ਲਾ ਲੈ, ਸਜਾ ਕੇ ਰੱਖਣਾ ਆਪਣੇ ਨੂੰ ਹੋਇਆ। ਅਤੇ ਜਿਹਦਾ ਸਾਰਾ ਸੰਸਾਰ ਹੀ ਆਪਣਾ ਹੋਵੇ ਉਹਨੇ ਤਾਂ ਸਾਰਿਆਂ ਨੂੰ ਸਜਾ ਕੇ ਰੱਖਣਾ, ਉਹਨੇ ਤਾਂ ਸਾਰਿਆਂ ਦੀ ਖੂਬਸੂਰਤੀ ਵੱਲ, ਸਾਰਿਆਂ ਦੇ ਮੂੰਹ ਧੋਣੇ ਨੇ, ਸਾਰਿਆਂ ਦੇ ਮੂੰਹ 'ਤੇ ਲੱਗੇ ਹੋਏ ਕਲੰਕ ਨੂੰ ਸਾਫ਼ ਕਰਨਾ, ਸਾਫ਼ ਹੋਣੇ ਚਾਹੀਦੇ ਨੇ। ਲਓ ਗੁਰੂ ਨਾਨਕ ਦੀ ਆਹ ਸੋਚ, ਸਾਰੇ ਹੁੰਦੇ ਆਪਣੇ ਨੇ, ਸਭ ਕੋ ਮੀਤ ਹਮ ਆਪਣੇ ਕਿੰਨਾ। ਮੈਂ ਹੈਰਾਨ ਹੁੰਦਾ ਆ ਸ਼ੀਸ਼ੇ ਦਾ ਕੀ ਕੰਮ ਹੈ, ਸ਼ੀਸ਼ਾ ਅਸੀਂ ਘਰ ਵਿੱਚ ਕਿਉਂ ਲਿਆਉਂਦੇ ਹਾਂ, ਆਪਣੇ ਡਰੈਸਿੰਗ ਟੇਬਲ 'ਤੇ ਸ਼ੀਸ਼ਾ ਕਿਉਂ ਲੱਗਿਆ ਹੁੰਦਾ ਹੈ। ਇਸ ਲਈ ਕਿਉਂਕਿ ਉਹਨੂੰ ਵੇਖ ਕੇ ਉਹਦੇ ਸਾਹਮਣੇ ਬੈਠ ਕੇ ਅਸੀਂ ਆਪਣੇ ਆਪ ਨੂੰ ਸਜਾਉਣਾ ਹੈ। ਪਰ ਇੱਕ ਖਿਆਲ ਕਰਿਓ, ਸ਼ੀਸ਼ੇ ਨੇ ਤੁਹਾਨੂੰ ਸਜਣ ਤੋਂ ਪਹਿਲਾਂ ਇਹ ਦੱਸਣਾ ਹੈ ਕਿ ਤੇਰੇ ਮੱਥੇ 'ਤੇ ਕਿਹੜੀ ਕਿਹੜੀ ਥਾਂ 'ਤੇ ਕਾਲਾ ਦਾਗ ਲੱਗਾ ਹੋਇਆ, ਇਹਨੂੰ ਧੋ ਲੈ। ਕਦੇ ਸ਼ੀਸ਼ੇ ਨੇ ਇਕੱਲੀ, ਉਹ ਤਾਂ ਗੱਲ ਬਾਅਦ ਵਿੱਚ ਹੈ ਨਾ, ਕਿ ਤੁਸੀਂ ਉਸਨੂੰ ਸਾਫ਼ ਕਰਨ ਤੋਂ ਬਾਅਦ ਕਾਸਮੈਟਿਕਸ ਉਹਨੂੰ ਸਾਫ਼ ਕਰਨ ਤੋਂ ਬਾਅਦ ਆਪਣਾ ਸ਼ਿੰਗਾਰ ਵਰਤਣਾ, ਪਰ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਸਾਫ਼ ਕਿਵੇਂ ਕਰਨਾ, ਉਹ ਵੀ ਸ਼ੀਸ਼ੇ ਨੇ ਦੱਸਣਾ। ਕਾਲਖ ਲੱਗੀ ਹੋਈ ਵੀ ਪਹਿਲਾਂ ਸ਼ੀਸ਼ਾ ਦੱਸੇਗਾ। ਕਈ ਲੋਕ ਕਿਹੜੇ ਮੂਰਖ ਟਾਈਪ ਬੜੇ ਉਤਾਵਲੇ ਹੁੰਦੇ ਨੇ, ਉਹ ਆਮ ਕਹਾਵਤ ਵਿੱਚ ਬਣਿਆ ਹੋਇਆ, ਸ਼ੀਸ਼ੇ ਨੂੰ ਲੋਕ ਇੱਕ ਲਫ਼ਜ਼ ਨਾਲ ਕਹਿਣ ਲੱਗ ਪੈਣ ਕਿ ਸ਼ੀਸ਼ਾ ਜਿਹੜਾ ਹੈ ਮੁਖਬਰੀ ਕਰਦਾ ਹੈ, ਮੁਖਬਰੀ ਕਰਦਾ ਹੈ, ਭਲੇ ਉਹ ਮੁਖਬਰੀ ਨਹੀਂ ਕਰਦਾ,
ਉਹ ਤੇ ਦੱਸਦਾ ਵੀ ਤੇਰੇ ਵਿੱਚ ਕਿਹੜੀਆਂ ਕਮੀਆਂ ਨੇ, ਇਹਨੂੰ ਸਾਫ਼ ਕਰ ਲੈ। ਜੇ ਸ਼ੀਸ਼ਾ ਨਾ ਹੋਵੇ ਤੇ ਜੇ ਤੁਹਾਨੂੰ ਕਾਲਕ ਕਿਸੇ ਨਹੀਂ ਦੱਸਣੀ ਤੇ ਵਿਸ਼ਵਾਸ ਕਰੋ ਤੁਹਾਨੂੰ ਸ਼ਿੰਗਾਰ ਕਰਨ ਦਾ ਸਾਧਨ ਵੀ ਕਿਸੇ ਨਹੀਂ ਦੇਣਾ। ਇਸੇ ਲਈ ਲੋਕ ਸ਼ਿੰਗਾਰ ਕਰਨ ਦੇ ਅਸਥਾਨ ਤੇ ਸ਼ੀਸ਼ਾ ਪਹਿਲਾਂ ਲਿਆ ਕੇ ਟੰਗਦੇ ਨੇ, ਉਹਦੇ ਸਾਹਮਣੇ ਬਹਿੰਦੇ ਨੇ। ਬਸ ਸੱਚ ਸ਼ੀਸ਼ਾ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸੱਚ ਸ਼ੀਸ਼ਾ। ਜਿਹੜੇ ਕੇਵਲ ਉਹਦੀ ਮੁਖਬਰੀ ਦੀ ਗੱਲ ਕਰਦੇ ਨੇ ਉਹਨਾਂ ਨਾਲ ਮੈਂ ਅੱਜ ਗੱਲ ਕਰਨਾ ਚਾਹੁੰਦਾ। ਕਿਹੜੇ ਭੁਲੇਖੇ ਵਿੱਚ ਨੇ? ਆ ਪਿਛਲੇ ਦਿਨਾਂ ਵਿੱਚ ਅੱਗੇ ਵੀ ਕਈ ਵਾਰ ਕਈ ਵਿਚਾਰਵਾਨ ਇੱਕ ਗੱਲ ਨੂੰ ਬਾਰ ਬਾਰ ਬਿਨਾਂ ਸਮਝੇ ਦੁਹਰਾ ਰਹੇ ਨੇ। ਉਹ ਇਹ ਕਿ ਖੌਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਧਰਮ ਕਿਸੇ ਦੂਜੇ ਆਦਮੀ 'ਤੇ ਕੋਈ ਕ੍ਰਿਟੀਸਾਈਜ਼ ਕੀਤਾ ਗਿਆ ਹੈ, ਦੁਸ਼ਮਣ ਮਾਨੋ ਉਹਦੇ 'ਤੇ ਆਲੋਚਨਾ ਕੀਤੀ ਗਈ ਹੈ, ਉਹਨੂੰ ਮਾੜਾ ਆਖਿਆ ਗਿਆ। ਕਈ ਵਾਰੀ ਭੁਲੇਖਾ ਪਾਉਂਦੇ ਵੀ ਨੇ ਅਤੇ ਪੈ ਵੀ ਜਾਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕੁਝ ਵਰੇ ਪਹਿਲਾਂ ਅੰਮ੍ਰਿਤ ਦੇ ਸਬਜੈਕਟ 'ਤੇ ਬੋਲ ਰਿਹਾ ਸਾਂ, ਉਦੋਂ ਵੀ ਮੈਨੂੰ ਗੁਰਬਾਣੀ ਵਿੱਚੋਂ ਨਜਾਇਜ਼ ਵਰਤੋਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਕਹਿੰਦੇ ਸਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬੜਾ ਕੁਝ ਅਸ਼ਲੀਲ ਲਿਖਿਆ ਹੋਇਆ, ਅਤੇ ਉਹਦਾ ਜਵਾਬ ਦਿੱਤਾ ਸੀ ਵੀ ਭਲੇ ਉਹ ਪੜ੍ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਨਜ਼ਰੀਏ ਨਾਲ ਸਮਝੋ ਕਿੱਥੇ ਅਸ਼ਲੀਲ ਹੈ। ਅੱਜ ਇਹ ਸਬਜੈਕਟ ਵੀ ਮੇਰੇ ਸਾਹਮਣੇ ਉਸੇ ਲਿਹਾਜ਼ ਨਾਲ ਆਇਆ ਹੈ। ਜਿਹੜੇ ਲੋਕ ਆਮ ਕਰਕੇ ਲੋਕਾਂ ਵਿੱਚ ਇਹ ਮੁਕਾਬਲਤਾ ਪਾਉਂਦੇ ਨੇ ਕਿ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੀ ਬਹੁਤ ਕੁਝ ਐਸਾ ਜਿਹੜਾ ਦੂਜੇ ਧਰਮਾਂ ਦੂਜੇ ਦੇ ਵਿਸ਼ਵਾਸ ਨੂੰ ਚੈਲੰਜ ਕਰਦਾ ਹੈ। ਹੁਣ ਕਿਸੇ ਸੱਜਣ ਨੇ ਇਹ ਵੀ ਲਫ਼ਜ਼ ਕਹਿਆ ਵੀ ਜੇ ਤੁਹਾਡੇ ਸਾਹਮਣੇ ਕੋਈ ਖੜਾ ਤੁਹਾਡੇ 'ਤੇ ਕੋਈ ਐਸੀ ਗੱਲ ਕਰੇ ਤੁਸੀਂ ਕਹਿੰਦੇ ਹੋ ਸਾਡਾ ਹਿਰਦਾ ਵਲੂੰਦਰਿਆ ਗਿਆ, ਅਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਥਾਂ ਥਾਂ ਅਖੰਡ ਪਾਠ ਕਰ, ਹੁਣ ਇੱਥੋਂ ਤੱਕ ਲਫ਼ਜ਼ ਵਰਤੇ ਕਿ ਪਾਕਿਸਤਾਨ ਜਾਂ ਹੋਰ ਇਸਲਾਮੀ ਮੁਲਕਾਂ ਵਿੱਚ ਜਾ ਕੇ ਵੀ ਤੁਸੀਂ ਅਖੰਡ ਪਾਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਹੋ, ਗੁਰਦੁਆਰੇ ਬਣੇ ਨੇ, ਉੱਥੇ ਤੁਸੀਂ ਆਹ ਤੁਕਾਂ ਪੜ੍ਹਦੇ ਹੋ, ਮੈਂ ਹੈਰਾਨ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਕਾਂ ਲੈ ਕੇ ਗੁੰਮਰਾਹ ਕੀਤਾ ਗਿਆ। ਕਿਹਾ ਕੀ ਗਿਆ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਕਿ ਕਾਜ਼ੀ ਰਿਸ਼ਵਤ ਹੀ ਹੈ, ਕਾਜ਼ੀ ਹੋਏ ਰਿਸ਼ਵਤ ਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਨਾ ਮੈਂ ਕਾਜ਼ੀ ਨੂੰ ਮੰਨਣਾ ਨਾ ਮੈਂ ਮੁੱਲਾਂ ਨੂੰ ਮੰਨਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਨਾ ਮੈਂ ਬ੍ਰਾਹਮਣ ਨੂੰ ਮੰਨਣਾ। ਇਹ ਸਾਰੇ ਉਜਾੜੇ ਦਾ ਪ੍ਰਬੰਧ ਹੈ, ਇਹੋ ਹੀ ਸਮਾਜ ਵਿੱਚ ਉਜਾੜਾ ਪਾਉਂਦੇ ਨੇ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਗਾਏ, ਜੋਗੀ ਜੁਗਤ ਨੇ ਜਾਣੇ ਅੰਧ, ਤਿੰਨੋਂ ਉਜਾੜੇ ਕਾ ਬੰਧ। ਬਸ ਨਹੀਂ, ਇੱਥੋਂ ਤੱਕ ਲਫ਼ਜ਼ ਕਹਿ ਦਿੱਤੇ ਕਿ ਅਸਲ ਵਿੱਚ ਜਿਹਨਾਂ ਜਿਹੜੇ ਜਿਸ ਗੱਲ 'ਤੇ ਖੜਾ ਹੈ ਇਸਲਾਮ ਉਹਦੇ 'ਤੇ ਵੀ ਅਟੈਕ ਕੀਤਾ ਗਿਆ, ਅਤੇ ਇਹ ਲਫ਼ਜ਼ ਵਰਤੇ ਗਏ ਕਿਉਂਕਿ ਇਸਲਾਮ ਵਿੱਚ ਤਾਂ ਮੁਸਲਮਾਨ ਤਾਂ ਹੀ ਬਣਦਾ ਨਾ ਜੇ ਸੁਨਤ ਹੋਵੇ ਤਾਂ। ਬਾਬਾ ਕਬੀਰ ਨੇ ਆਖ ਦਿੱਤਾ ਸੁਨਤ ਕੀ ਹੈ, ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀ। ਜੇ ਸੁਨਤ ਕਰਨ ਨਾਲ ਹੀ ਮੁਸਲਮਾਨ ਬਣਦਾ ਹੋਵੇ ਤਾਂ ਔਰਤ ਦੀ ਸੁਨਤ ਤਾਂ ਹੁੰਦੀ ਨਹੀਂ, ਉਹ ਮੁਸਲਮਾਨ ਨਹੀਂ ਹੁੰਦੀ। ਅਰਧ ਸਰੀਰ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ, ਹੈਂ ਕਿੱਡੀ ਅਜੀਬ ਗੱਲ ਹੈ, ਤਾਂ ਤੇ ਹਿੰਦੂ ਹੀ ਰਹੀਏ। ਇਹ ਇਸਲਾਮ 'ਤੇ ਇੱਕ ਬੜੀ ਵੱਡੀ ਚੋਟ ਹੈ। ਇਹੋ ਜਿਹੀਆਂ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਣਾ, ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲ ਦਿੱਤੀਆਂ ਗਈਆਂ ਕਿ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਵੀ ਹਿੰਦੂਇਜ਼ਮ ਨੂੰ ਵੀ ਅਤੇ ਇਸਲਾਮ ਨੂੰ ਵੀ ਮੁਸਲਮਾਨ ਨੂੰ ਵੀ ਮਾੜਾ ਆਖਿਆ ਹੈ।
ਸਿੱਖ ਲਾਊਡ ਸਪੀਕਰ ਲਾ ਕੇ ਗੁਰਦੁਆਰੇ ਵਿੱਚ ਰੋਜ਼ ਦਾ ਅਖੰਡ ਪਾਠ ਕਰਾ ਕੇ ਇਹ ਚੀਜ਼ਾਂ ਪੜ੍ਹ ਰਿਹਾ, ਇਹ ਨਹੀਂ ਸੋਚਦਾ ਵੀ ਉਹਨਾਂ ਦਾ ਦਿਲ ਵੀ ਦੁਖਦਾ ਹੋਵੇਗਾ ਜੇ ਤੇਰਾ ਦੁਖਦਾ। ਕਮ ਸੇ ਕਮ ਦਿਲ ਤਾਂ ਦੁਖਦਾ ਹੈ, ਪਰ ਇੱਕ ਗੱਲ ਸੋਚਿਓ, ਇਸ ਦਾ ਪੱਖ ਸਮਝਣਾ ਹੈ। ਮੈਂ ਸਿਰਫ ਤੁਹਾਡੇ ਸਾਹਮਣੇ ਇਹ ਚੀਜ਼ ਰੱਖਣਾ ਚਾਹੁੰਦਾ। ਉਸ ਵੀਰ ਦਾ ਕੁਝ ਵੀ ਖਿਆਲ ਹੋਵੇ, ਮਕਸਦ ਹੋਵੇ, ਮੇਰਾ ਉਸ ਨਾਲ ਕੋਈ ਸੰਬੰਧ ਨਹੀਂ। ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਭੁਲੇਖਾ ਕੌਮ ਵਿੱਚ ਪਵੇ ਉਸ ਸੰਬੰਧੀ ਬੋਲਣਾ ਚਾਹੁੰਦਾ। ਬਿਲਕੁਲ ਇਸੇ ਤਰ੍ਹਾਂ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਹੈ, ਸ਼ੀਸ਼ਾ ਜਿਹੜਾ ਪਹਿਲਾਂ ਤੁਹਾਨੂੰ ਤੁਹਾਡੀ ਕਾਲਖ ਦੱਸਦਾ ਇੱਥੋਂ ਲਾ ਲੈ ਤਾਂ ਸ਼ਿੰਗਾਰ ਵਰਤੀ ਕਮਜ਼ੋਰੀ, ਇਹ ਨਹੀਂ ਕਿ ਦੁਸ਼ਮਣ ਹੈ। ਅਜੀਬ ਗੱਲ ਹੈ, ਜੇ ਇਸ ਗੱਲ ਨੂੰ ਵੇਖਾਂ ਤਾਂ ਫਿਰ ਉਹ ਸਿੱਖ ਨੂੰ ਵੀ ਗੁਰੂ ਸਾਹਿਬ ਬਖਸ਼ ਦਿੰਦੇ, ਇੱਕ ਪਾਸੇ ਰੱਖ ਦਿੰਦੇ। ਜੇ ਦੁਸ਼ਮਣੀ ਦਾ ਮਸਲਾ ਹੁੰਦਾ ਜਾਂ ਵਿਰੋਧਤਾ ਦਾ ਮਸਲਾ ਗੁਰੂ ਦਾ, ਸਿੱਖ ਨੂੰ ਵੀ ਆਖ ਦਿੱਤਾ ਆਪ। ਕੁਝ ਦਿਨ ਹੋਏ ਆਪਣੇ ਸਾਹਮਣੇ ਸਲੋਕ ਆਇਆ ਸੀ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਲਿਆ। ਸਿੱਖ ਦਾ ਕੀਤਾ ਗੁਰੂ ਤਾਂ ਹਰ ਇੱਕ ਦਾ ਸੁਧਾਰ ਚਾਹੁੰਦਾ। ਆ ਕੁਝ ਦਿਨ ਹੋਏ ਸਲੋਕ ਆਇਆ ਸੀ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਉਹਨਾਂ ਨੂੰ ਅੰਧੇ ਵੀ ਆਖ ਦਿੱਤਾ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ ਹੈ ਫੂਕ, ਉਹਨੂੰ ਬਾਂਸ ਵੀ ਕਹਿ ਦਿੱਤਾ। ਕੱਲ੍ਹ ਨੂੰ ਸਿੱਖ ਆਕੇਗਾ, ਮੇਰਾ ਹਿਰਦਾ ਗੁਰੂ ਨਾਨਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦਿਖਾਇਆ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕਿਵੇਂ ਹੋਇਆ, ਕਿਉਂਕਿ ਉੱਥੇ ਮੈਨੂੰ ਹੀ ਆਖੀ ਜਾਂਦਾ ਹੈ ਅੰਧਾ ਹੈ। ਕਹਿਣ ਵਾਲਾ ਇਹ ਕਹਿ ਰਿਹਾ ਵੀ ਗੁਰੂ ਸਾਹਿਬ ਨੇ ਇਹ ਆਖਿਆ, ਹਿੰਦੂ ਉਹਨਾਂ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਵੇਖੋ ਜੀ ਉਹਨਾਂ ਨੂੰ ਗਾਲਾਂ ਕੱਢੀਆਂ, ਉਹਨਾਂ ਦਾ ਦਿਲ ਨਹੀਂ ਦੁਖਿਆ। ਅਤੇ ਉਹਨਾਂ ਕੋਲ ਪੁੱਛੋ, ਉਹ ਤਾਂ ਸਿੱਖ ਨੂੰ ਵੀ ਆਖ ਰਿਹਾ, ਅੰਧੇ ਇੱਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ। ਫਿਰ ਸਿੱਖ ਵੀ ਕੱਲ੍ਹ ਨੂੰ ਆਖੇਗਾ ਕਿ ਮੈਨੂੰ ਗੁਰੂ ਨੇ ਅੰਧਾ ਆਖ ਦਿੱਤਾ, ਮੈਨੂੰ ਗੁਰੂ ਨੇ ਬਾਂਸ ਆਖ ਦਿੱਤਾ। ਉਹ ਭਰਿਓ ਇੱਥੇ ਬਸ ਨਹੀਂ, ਇੱਥੋਂ ਤੱਕ ਮੁਖਾਤਬ ਕਰਕੇ ਕਹਿ ਦਿੱਤਾ ਮੈਂ ਤੈਨੂੰ ਕਿਉਂ ਕਹਿ ਰਿਹਾ, ਕਿਉਂਕਿ ਤੂੰ ਅੰਦਰ ਕਪਟ ਸਮਾਈ ਬੈਠਾ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਾਲ। ਇਹ ਵੀ ਮੇਰੇ ਗੁਰਸਿੱਖ ਆਖਿਆ, ਮੈਂ ਤੈਨੂੰ ਕੋਈ ਦੁਰਕਾਰਨ ਲਈ ਨਹੀਂ ਕਹਿ ਰਿਹਾ, ਮੈਂ ਹਿੰਦੂ ਨੂੰ ਦੁਰਕਾਰਨ ਲਈ ਨਹੀਂ ਕਹਿ ਰਿਹਾ, ਮੈਂ ਮੁਸਲਮਾਨ ਨੂੰ ਦੁਰਕਾਰਨ ਲਈ ਨਹੀਂ ਕਹਿ ਰਿਹਾ। ਉਹ ਸਿੱਖਾ ਮੈਂ ਤੈਨੂੰ ਵੀ ਦੁਰਕਾਰਨ ਲਈ ਨਹੀਂ ਕਹਿ ਰਿਹਾ, ਮੈਂ ਤਾਂ ਇਹ ਰਾਇ ਕਰਾਂ ਤੂੰ ਮੇਰਾ ਹੈ। ਪਰ ਤੈਨੂੰ ਸਾਫ ਕਰਨਾ ਚਾਹੁੰਦਾ, ਸਪਸ਼ਟ ਲਫਜ਼ ਨੇ, ਅੰਤਰ ਕਪਟ ਚੁਕਾਓ ਮੇਰੇ ਗੁਰਸਿੱਖੋ, ਅੰਦਰੋਂ ਕਪਟ ਕੱਢੋ। ਮੈਂ ਤੁਹਾਡੇ ਅੰਦਰ ਵੀ ਕਪਟ ਦੇਖਣਾ, ਲਿਹਾਜ਼ ਤੁਹਾਡਾ ਵੀ ਨਹੀਂ ਕਰ ਸਕਦਾ। ਇੱਥੇ ਗੁਰੂ ਨਾਨਕ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚਣੀ ਨੂੰ ਕੀ ਆਖੋਗੇ, ਮੁਸਲਮਾਨ 'ਤੇ ਅਟੈਕ ਕੀਤਾ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚਣੀ ਨੂੰ ਕੀ ਆਖੋਗੇ, ਹਿੰਦੂ 'ਤੇ ਅਟੈਕ ਕੀਤਾ? ਉਹ ਹਰ ਇੱਕ ਦੇ ਵਿਸ਼ਵਾਸ ਨੂੰ ਮੁਖਾਤਬ ਕਰਕੇ ਆਖਿਆ, ਜਿੱਥੇ ਇਹ ਲਫਜ਼ ਵਰਤੇ ਗਏ ਨੇ ਉਸ ਵਿਚਾਰਵਾਨ ਵੱਲੋਂ, ਤੇ ਦੇਖੋ ਜੀ ਜਿਹੜਾ ਵਰਤ ਰੱਖਣਾ ਹੈ ਉਹ ਤਾਂ ਹਿੰਦੂ ਧਰਮ ਦਾ ਇਮਾਨ ਹੈ, ਉਹਨਾਂ ਦੇ ਮਨ ਦੀ ਸ਼ਰਧਾ ਹੈ। ਪਰ ਇਹਨਾਂ ਵਰਤ ਰੱਖਣ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗਦੀ ਤੱਕ ਲਫਜ਼ ਵਰਤਦਾ ਹੈ। ਪਿਛਲੇ ਦਿਨਾਂ ਵਿੱਚ ਸਲੋਕ ਵੀ ਆਇਆ ਸੀ, ਗਦੀ ਹੋਏ ਕਿ ਉਤਰੇ ਭਾਰ ਸਾਹਿਬ ਮਨਚਾਰ। ਲੈ ਜੀ ਇੱਥੋਂ ਤੱਕ ਲਫਜ਼ ਉਹਨੂੰ ਮੁਖਾਤਬ ਕਰਕੇ, ਇਹ ਤਾਂ ਉਹਨਾਂ ਦੇ ਵਿਸ਼ਵਾਸ ਨੂੰ ਚੋਟ ਮਾਰੀ ਗਈ। ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰੋ ਅਤੇ ਪੜ੍ਹੋ, ਵਿਸ਼ਵਾਸ ਕਿਸੇ ਨੂੰ ਵੀ ਚੋਟ ਨਹੀਂ ਮਾਰੀ ਗਈ, ਉਹਦੀ ਕਾਲਖ ਧੋਤੀ ਗਈ ਹੈ। ਅਤੇ ਧੋਣ ਲੱਗਿਆ ਪਹਿਲਾਂ ਦੇਖਣੀ ਜ਼ਰੂਰੀ ਹੁੰਦੀ ਹੈ। ਉਹਨੇ ਲਫਜ਼ ਆਇਆ ਸੀ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ ਹੈ। ਜੇ ਭਗਤੀ ਕਰਨੀ ਹੈ, ਜੇ ਸਵੇਰੇ ਉੱਠ ਕੇ ਸਿਮਰਨ ਕਰਨਾ ਹੈ, ਜੇ ਹੱਥ ਵਿੱਚ ਮਾਲਾ ਫੜਨੀ ਹੈ, ਜੇ ਆਪਣੇ ਆਪ ਵਿੱਚ ਸਿੱਖੀ ਦਾ ਲਿਬਾਸ ਪਹਿਨ ਕੇ ਮਹਾਨ ਸਿੱਖ ਅਖਵਾਉਣੇ, ਤਾਂ ਪਹਿਲੇ ਅੰਦਰੋਂ ਕਪਟ ਕੱਢ। ਜੇ ਗੁਰੂ ਨਾਨਕ ਨੇ ਜਨੇਊ ਨੂੰ ਮੁਖਾਤਬ ਕੀਤਾ ਤਾਂ ਇਹ ਆਖਣ ਤੋਂ ਪਹਿਲਾਂ ਆਖਿਆ, ਮੈਂ ਤੈਨੂੰ ਚੰਗਾ ਜਨੇਊ ਦੇਣਾ ਚਾਹੁੰਦਾ। ਇਸ ਲਈ ਇਸ ਸ਼ਬਦ ਦੇ ਅਸੀਂ ਅਗਲੀਆਂ ਤੁਕਾਂ ਤਾਂ ਪੜ੍ਹ ਰਹੇ ਹਾਂ। ਗੁਰੂ ਸਾਹਿਬ ਨੇ ਜਨੇਊ ਨੂੰ ਖਤਮ ਕੀਤਾ, ਉਹਨਾਂ ਦਾ ਉਹਨਾਂ 'ਤੇ ਕੋਈ ਅਟੈਕ ਕੀਤਾ,
ਕਿ ਤੱਕ ਪਹੁੰ ਕੱਤੀਏ ਬਾਹਮਣ ਵੱਟਿਆ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾ ਹੋਏ ਪੁਰਾਣਾ ਸੁੱਟੀਏ ਵੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟੀ ਜੇ ਤੱਗੇ ਹੋਵੇ ਜਿੱਤ ਭਲਿਆ ਇਹ ਵੀ ਤਾਂ ਸੋਚ ਗੁਰੂ ਨੇ ਪਹਿਲਾਂ ਆਖਿਆ ਦਇਆ ਕਪਾਹ ਸੰਤੋਖ ਸੂਤ ਉਸੇ ਸ਼ਬਦ ਦੇ ਆਰੰਭ ਵਿੱਚ ਕਹਿਤਾ ਮੈਂ ਤੈਨੂੰ ਆ ਜਨੇਊ ਦੇਣਾ ਚਾਹੁੰਦਾ ਗੁਣਾਂ ਦਾ ਜਨੇਊ ਦੇਣਾ ਚਾਹੁੰਦਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜਨੇਊ ਜੀ ਕਾ ਮੈਂ ਤੈਨੂੰ ਜੀਉ ਦਾ ਜਨੇਊ ਦੇਣਾ ਸਿਰਫ ਗੁਰੂ ਬਦਲਣਾ ਚਾਹੁੰਦਾ ਇਸਲਾਮ ਨੂੰ ਵੀ ਬਦਲਣਾ ਤਾਂ ਇਸਲਾਮ ਵਿੱਚ ਜਿਹੜੀ ਕਮੀ ਹੈ ਮੂੰਹ ਧੋਣਾ ਆਪਣੇ ਬੱਚੇ ਦਾ ਇਹ ਤਾਂ ਹਰ ਮਾਂ ਦਾ ਹਰ ਬਾਪ ਦਾ ਫਰਜ਼ ਬਣਦਾ ਹੱਕ ਬਣਦਾ ਗੁਰੂ ਆਖ ਰਿਹਾ ਹੈ ਜੇ ਮੈਂ ਇਸਲਾਮ ਦੇ ਖਿਲਾਫ ਹੁੰਦਾ ਤੇ ਮੈਂ ਇਹ ਕਿਉਂ ਆਖਦਾ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ ਬਲਕਿ ਬਾਬਾ ਫਰੀਦ ਨੂੰ ਹੱਕ ਦਿੱਤਾ ਜਿਹਨੇ ਇੱਥੋਂ ਤੱਕ ਕਹਿ ਦਿੱਤਾ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ ਉੱਠ ਫਰੀਦਾ ਉਹ ਸਾਰੇ ਵੀ ਨਾਲ ਪੜਦਾ ਉਹ ਵੀਰ ਜਿਹੜੇ ਉਹ ਖਿਆਲ ਦਿੰਦੇ ਨੇ ਇਹ ਵੀ ਤਾਂ ਨਾਲ ਦੇ ਗੁਰੂ ਇਸਲਾਮ ਦੇ ਖਿਲਾਫ ਕਿਵੇਂ ਹੋਇਆ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਇਸਲਾਮ ਦੇ ਉੱਤੇ ਅਟੈਕ ਕਰਨ ਵਾਲਾ ਕਿਵੇਂ ਆਖੋਗੇ ਉਹ ਭਰਿਓ ਆ ਵੀ ਤਾਂ ਪੜ੍ਹੋ ਉੱਠ ਫਰੀਦਾ ਉਯੂ ਸਾਜ ਸੁਬਾ ਨਮਾਜ਼ ਗੁਜ਼ਾਰ ਸਵੇਰੇ ਉੱਠ ਨਮਾਜ਼ ਪੜ੍ਹ ਸਿਰਫ ਤੇਰੀ ਨਮਾਜ਼ ਤੈਨੂੰ ਸਮਝਾਉਣਾ ਚਾਹੁੰਦਾ ਹੈ ਉਹ ਕਹਿੰਦਾ ਹੈ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨਾਓ ਪਹਿਲਾ ਸੱਚ ਇਹ ਨਮਾਜ਼ ਹੈ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕੇ ਗੱਲਾਂ ਨਾਲ ਨਹੀਂ ਕਰਨੀ ਨਾਲ ਜੀਵਨ ਦੀ ਪ੍ਰੈਕਟੀਕਲ ਸ਼ੇਪ ਵਿੱਚ ਤੂੰ ਨਮਾਜ਼ ਪੜ੍ਹ ਸਿਰਫ ਜ਼ਬਾਨੋ ਜ਼ਬਾਨੋ ਨਾ ਪੜ੍ਹ ਔਰ ਇਹ ਗੱਲ ਖਿਆਲ ਕਰੋ ਹਰ ਇੱਕ ਨੂੰ ਮੁਖਾਤਮ ਕਹਿਤਾ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ ਤੇ ਇਹਦੇ ਵੀ ਤਾਂ ਕਰਨੀ ਕਲਮਾ ਆਖ ਕੇ ਗੱਲ ਤਾਂ ਕਰਨੀ ਕਲਮਾ ਦੀ ਤੇਰੀ ਕਰਨੀ ਵਿੱਚ ਪ੍ਰਭੂ ਹੋਵੇ ਤੇਰੀ ਕਰਨੀ ਵਿੱਚ ਗੁਣ ਹੋਣ ਕਿ ਜ਼ਬਾਨੋਂ ਗੱਲਾਂ ਗੱਲਾਂ ਨਾਲ ਸਤਿਗੁਰੂ ਨੇ ਕਹਿ ਦਿੱਤਾ ਬਾਣੀ ਅੰਦਰ ਬਤ ਨਹੀਂ ਹਰ ਜਾ ਸੁਣੈ ਨਾ ਹਰ ਗੁਣ ਗਾਵੈ ਬਤ ਨਹੀਂ ਅਸਮਾਨ ਗਿਰਾਵੈ ਅਸੀਂ ਗੱਲਾਂ ਨਾਲ ਭਗਤਾਂ ਜ਼ਬਾਨੋਂ ਜ਼ਬਾਨੋਂ ਮੁੱਖੋਂ ਹਰ ਹਰ ਸਭ ਕੋ ਕਹੇ ਜ਼ਬਾਨੋਂ ਕਹਿਣਾ ਬੜਾ ਸੌਖਾ ਹੈ ਵਾਹਿਗੁਰੂ ਭਾਵੇਂ ਦੋ ਘੰਟੇ ਕਰੀ ਜਾਈਏ ਪਰ ਵਾਹਿਗੁਰੂ ਦੇ ਗੁਣ ਕੀ ਨੇ ਹਿਰਦੇ ਵਿੱਚ ਕਰਨੀ ਵਿੱਚ ਕਿਵੇਂ ਸ਼ਾਮਿਲ ਹੋਣ ਇਹ ਗੱਲ ਹੈ ਮੈਂ ਇੱਕ ਵਾਰ ਅਰਜ਼ ਕੀਤੀ ਸੀ ਉਹ ਭਲੇ ਉਹ ਸਾਰੀ ਰਾਤ ਇੱਕ ਰਾਤ ਦੇ ਅੰਦਰ ਤੁਸੀਂ ਗਾਤਰਾ ਸੁਆ ਕੇ ਗੱਲ 'ਚ ਪਾ ਸਕਦੇ ਹੋ ਕਿਰਪਾਨਵੀਂ ਗੱਲ ਵਿੱਚ ਪਾ ਸਕਦੇ ਹੋ ਕਸ਼ਹਿਰਾ ਵੀ ਪਾ ਸਕਦੇ ਹੋ ਪਰ ਇੱਕ ਰਾਤ ਵਿੱਚ ਇੱਕ ਖਿਆਲ ਕਰੋ ਜਪਜੀ ਸਾਹਿਬ ਹਿਰਦੇ 'ਚ ਨਹੀਂ ਵਸਾ ਸਕਦੇ ਉਹ ਕਰਨੀ ਹੈ ਕਰਨੀ ਸਿਖਾਉਂਦੀ ਹੈ ਉਹ ਤੁਹਾਨੂੰ ਇੱਕ ਗੱਲ ਸਿਖਾ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤੁਹਾਨੂੰ ਕਹੇ ਨਾ ਕੋਏ ਤੇ ਇਹਨੂੰ ਕੀ ਇਸਲਾਮ ਤੇ ਅਟੈਕ ਆਖੋਗੇ ਗੁਰੂ ਤਾਂ ਆਖ ਰਿਹਾ ਮੈਂ ਤੈਨੂੰ ਪੰਜਾਂ ਪੰਜਾਂ ਨਮਾਜ਼ਾਂ ਦਾ ਤਰੀਕਾ ਦੱਸਣਾ ਅਖੀਰ ਤੇ ਲਫ਼ਜ਼ ਕਹਿੰਦਾ ਕਰਨੀ ਕਲਮਾ ਆਖ ਕੇ ਆ ਮੁਸਲਮਾਨ ਬਣ ਮੈਂ ਤੈਨੂੰ ਇਹ ਨਹੀਂ ਕਹਿੰਦਾ ਮੁਸਲਮਾਨ ਮਾੜਾ ਮੈਂ ਤਾਂ ਕਹਿੰਦਾ ਮੁਸਲਮਾਨ ਬਣ ਬਲਕਿ ਇੱਥੋਂ ਤੱਕ ਲਫ਼ਜ਼ ਕਹਿ ਦਿੱਤੇ ਕਹਿਣ ਲੱਗੇ ਜੋ ਸੱਚ ਕਮਾਵੇ ਸੋਈ ਕਾਜੀ ਮੈਂ ਕਾਜੀ ਦੇ ਖਿਲਾਫ਼ ਤਾਂ ਨਹੀਂ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੇ ਸੋਈ ਹਾਜੀ ਸੋ ਮੁੱਲਾਂ ਜੋ ਮਨ ਸਿਓ ਲੜੇ ਸੋ ਮੁੱਲਾਂ ਜੋ ਮਨ ਸਿਓ ਲੜੇ ਗੁਰਪ੍ਰਸਾਦ ਕਾਲ ਚਲੇ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾਂ ਕੋ ਸਦਾ ਸਲਾਮ ਉਹ ਕਹਿੰਦੇ ਮੈਂ ਤਾਂ ਆਪ ਸਲਾਮ ਕਰਨਾ ਤਿਸ ਮੁੱਲਾਂ ਕੋ ਸਦਾ ਸਲਾਮ
ब्राह्मण नूं मुखातब कर, पंडित नूं मुखातब कर भी आख रहा है। सो पंडित जो मन प्रबोध है, आप रोज़ पढ़ने अज भी तुसी इस तो पहला सुखमनी साहब का पाठ किया उन्दे च लफ़ज़ ने। सो पंडित जो मन प्रबोध है, राम नाम आत्म में शुद्ध है, राम नाम सार रस पीवे, उस पंडित का उपदेश जग जीवे। फिर निंदा हुई, अटैक होया। कम से कम जेड़े वीर श्री गुरु ग्रंथ साहब की बाणी दे ओ लफज कहंदे ने, ओ ए भी समझन कि ऐसा ना हो जाए कि दुश्मन दे हाथ तुसी हथियार दे रहे होवो कि कल नू कोई आखे लो जी इन्हां ने इस्लाम के खिलाफ भी श्री गुरु ग्रंथ साहब च लिखिया होया, इन्हां ने हिंदूइज्म के खिलाफ भी श्री गुरु ग्रंथ साहब च अटैक किया होया। इसलिए साडा दिल दुखदा है, साडा हिरदा वलूंदरिया जांदा है। इसलिए श्री गुरु ग्रंथ साहब चो जा ए शब्द कढ़ाओ, जा इहनू बैन करो। दुश्मन नूं असीं हथियार तां नहीं दे रहे, फर्ज बनता है असीं श्री गुरु ग्रंथ साहिब दी सच्चाई लोगों के सामने रखीए। श्री गुरु ग्रंथ साहिब किसी का दुश्मन नहीं, बल्कि वो कह रहे हैं ना को मेरा दुश्मन रहा, ना हम किसके बहराई, ना मैं किसी का वैरी, ना को मैनू अपने दुआले दुश्मन दिसदा है। हाँ, बुराइयां मेरियां दुश्मन ने, मैं वो अपने बच्चियां विच्चों कढ़ना चाहना, अपने प्यारियां विच्चों कढ़ना चाहना, क्योंकि सारा संसार मेरा है। ते एक बापू वांगू मैं सारे संसार दे हर हिस्से विच, भावें वह इस्लाम विच बैठा है, भावें वह हिंदूइज्म विच, ब्राह्मण दे किसे इशारे ते अपना जीवन गुजार रहा है, मैं उन्दे विच्चों बुराइयां कढ़ना चाहना, उन्हें समझाना चाहना ब्राह्मण की है। किसी ब्राह्मण के घर में पैदा होने वाला ब्राह्मण नहीं। श्री गुरु ग्रंथ साहिब की बाणी बार बार पढ़ लो, क्योंकि एक मनोपली बन चुकी सी कि ब्राह्मण के घर में पैदा होने वाला ही ब्राह्मण है। तो बाबा कबीर जी ने भी उत्थे चैलेंज किया, कहन लगे जे तू ब्राह्मण ब्रह्मनी जाया तो आन बाट काहे नहीं आया। विरोध नहीं, भले एक सच्चाई है कि जदों किसी के घर में पैदा होने वाला उस का मनोपली। मैं कह मैंने तुम दसो, किसी डॉक्टर के घर बच्चा पैदा हो डॉक्टर होंगे कि उन्होंने डॉक्टरी करनी पैंदी है, उन्होंने 20 साल ला के कुछ ना कुछ सीखना पैंदा है, सर्टिफिकेट लेना पैंदा है, वो कुछ बनना पैंदा है, ता डॉक्टर लिख सकता है, नहीं तो नहीं लिख सकता। ये नहीं कह सकता कि मेरा बापू डॉक्टर सी मैं भी डॉक्टर, मेरे बापू इंजीनियर सी मैं भी इंजीनियर, पर ब्राह्मण दे ये पैदा हो गया, ब्राह्मण दे घर जिहड़ी संतान पैदा हो ब्राह्मण है। ते गुरु ने इस गल नूं चैलेंज किया, सो ब्राह्मण जो ब्रह्म बेचारे, कह कबीर जो ब्रह्म बेचारे सो ब्राह्मण कहियत है हमारे। कहन लगे आई फर्क है, तुसी पैदा हो। ये गल ते गुरु ने अपने दरबार विच भी नहीं रखी, इसलिए गुरु घर की मर्यादा बनी रही। जे गुरु नानक दे घर पैदा होया श्री चंद ते ओ गुरु नहीं होया, जिन्हें ब्रह्म की विचार की उस स्थान ते ओ बैठा। बाबे लैण दे घर दे संतान दातू दासू गुरु नहीं होए, जिन्हें ब्रह्म नूं विचारिया ओ गुरु अमरदास गुरु होए। मर्यादा सी, उस मनापी नूं तोड़िया सी, इसलिए गुरु ने आख दिता मैं ब्राह्मण दा विरोधी नहीं, पर आ शर्त पूरी कर। सो ब्राह्मण कहियत है हमारे, इत्थों तक लफज कह दिते, बंधन तोड़े होवे मुकत सोई ब्राह्मण पूजन जुगत है। संसार दे माया मोह ते बंधनां तों टुट के बाहर आके न्यूट्रल होके जीवन गुजारे वो ब्राह्मण की पूजा, वो ब्राह्मण है मेरे वास्ते, वो ब्राह्मण है। हुण बाणी है श्री गुरु ग्रंथ साहिब दी, कम से कम लोगों के हिरदे विच ये मुगालता पैदा करन तों पहलां आ चीज सच्चाई भी तां रखो।
ਰਿਹਾ ਅਸੀਂ ਇਹ ਕਹਿ ਦਈਏ ਕਿ ਗੁਰੂ ਸਾਹਿਬ ਨੇ ਹਿੰਦੂਇਜ਼ਮ 'ਤੇ ਵੀ ਜੀ ਅਟੈਕ ਕੀਤਾ, ਮੁਸਲਮਾਨ 'ਤੇ ਵੀ ਅਟੈਕ ਕੀਤਾ, ਗੁਰੂ ਸਾਹਿਬ ਨੇ ਸੁੰਨਤ 'ਤੇ ਵੀ ਅਟੈਕ ਕੀਤਾ, ਗੁਰੂ ਸਾਹਿਬ ਨੇ ਵਰਤਾਂ 'ਤੇ ਵੀ ਅਟੈਕ ਕੀਤਾ, ਉਹ ਭਲੇ ਹੋ। ਗੁਰੂ ਕਿਸੇ ਦਾ ਦੁਸ਼ਮਣ ਨਹੀਂ, ਉਹ ਤਾਂ ਸਾਫ਼ ਕਰਨਾ ਚਾਹੁੰਦਾ, ਸ਼ੁੱਧ ਅਤੇ ਪਵਿੱਤਰ ਕਰਨਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ ਹਿੱਸਾ ਅਸੀਂ ਕੌਮ ਤੱਕ ਪਹੁੰਚਾਈਏ ਜਿਹਦੇ ਨਾਲ ਲੋਕਾਂ ਦਾ ਮੁਗਲ ਗੁਰੂ, ਜਿਹਦੇ ਨਾਲ ਸਾਰੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਅਤੇ ਸਮਝਣ ਲੱਗ ਪੈਣ ਕਿ ਸਾਡੇ ਜੀਵਨ ਨੂੰ ਸਾਫ਼ ਤੇ ਸੁਥਰਾ ਅਤੇ ਪਵਿੱਤਰ ਬਣਾਉਣ ਲਈ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਦੱਸਣ ਦੀ ਲੋੜ ਹੈ। ਪਰ ਜੋ ਕੁਝ ਅੱਜ ਅਸੀਂ ਮੁਗਲਤਿਆਂ ਵਿੱਚ ਜਾਂ ਸਾਜਿਸ਼ ਅਧੀਨ, ਮੈਂ ਕੁਛ ਨਹੀਂ ਕਹਿ ਸਕਦਾ ਸਾਜਿਸ਼ ਅਧੀਨ ਕਰ ਰਹੇ ਹਾਂ ਜਾਂ ਮੁਗਲਤਿਆਂ ਅਧੀਨ ਕਰ ਰਹੇ ਹਾਂ, ਲੇਕਿਨ ਅਸੀਂ ਲੋਕਾਂ ਵਿੱਚ ਇਹ ਪ੍ਰਚਾਰ ਤਾਂ ਕਰ ਰਹੇ ਹਾਂ ਖੌਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੂਜੇ ਧਰਮਾਂ 'ਤੇ ਅਟੈਕ ਕੀਤਾ ਹੈ। ਗੁਰੂ ਦਾ ਕਿਸੇ ਨਾਲ ਵੈਰ ਨਹੀਂ, ਇਸੇ ਲਈ ਲਫ਼ਜ਼ ਵਰਤ ਦਿੱਤੇ, ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸਮ ਅਤੇ ਸਭ ਕੋਈ, ਉਹ ਤਾਂ ਗੁਨਾ 'ਤੇ ਖਲੋਤਾ। ਔਰ ਇਹੀ ਲਫ਼ਜ਼ ਭਾਈ ਗੁਰਦਾਸ ਜੀ ਨੇ ਉਦੋਂ ਆਖੀ ਜਦੋਂ ਬਾਬੇ ਨੂੰ ਪੁੱਛਿਆ ਗਿਆ, ਬਾਬਾ ਦੱਸ ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਈ, ਅਤੇ ਬਾਬੇ ਨੇ ਆਖਿਆ ਬਾਬਾ ਆਖੇ ਹਾਜੀਆਂ ਸ਼ੁਭ ਅਮਨਾਂ ਬਾਜੋਂ ਦੋਨੋਂ ਰੂਹੀ। ਜਿਹਦੇ ਕੋਲ ਗੁਣ ਨਹੀਂ ਉਹ ਭਾਵੇਂ ਮੁਸਲਮਾਨ ਹੈ, ਜਿਹੜਾ ਔਗੁਣ ਅਤੇ ਗੁਨਾਹਗਾਰ ਹੈ, ਕੇਵਲ ਦਿਖਾਵੇ ਮਾਤਰ ਹੈ, ਉਹ ਭਾਵੇਂ ਮੁਸਲਮਾਨ ਹੈ ਅਤੇ ਭਾਵੇਂ ਹਿੰਦੂ ਹੈ। ਅਤੇ ਇਹ ਗੱਲ ਸਿੱਖ ਵਾਸਤੇ ਵੀ ਆਖ ਦਿੱਤੀ, ਇਹ ਗੱਲ ਸਿੱਖ ਵਾਸਤੇ ਵੀ ਆਖ ਦਿੱਤੀ, ਨੇ ਕਪਟ ਕਪਾਵੋ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਹਰ ਕੀ ਹਰ ਕਾਲ। ਕਿਉਂ? ਕਿਉਂਕਿ ਗੁਰੂ ਨਾਨਕ ਦਾ ਉਪਦੇਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਕਿਸੇ ਮਨੁੱਖ ਨੂੰ ਆਪਣਾ ਬੇਗਾਨਾ ਸਮਝ ਕੇ ਨਹੀਂ। ਵਿਸ਼ਾ ਬੜਾ ਲੰਬਾ ਹੈ, ਕੋਸ਼ਿਸ਼ ਕਰਾਂਗਾ ਆਉਣ ਵਾਲੇ ਕਿਸੇ ਸਮੇਂ ਅੰਦਰ, ਫਿਰ ਆਪਾਂ ਇਸ ਨੂੰ ਖਿਲਾਰ ਕੇ ਵੇਖੀਏ। ਸਤਿਗੁਰੂ ਨੇ ਆਪਣੀ ਰਚਨਾ ਤੋਂ ਇਸੇ ਲਈ ਕਹਿ ਦਿੱਤਾ ਕਿ ਗੁਰੂ ਉਹ ਹੈ ਜਿਸ ਲਈ, ਜਿਸ ਦੇ ਹਿਰਦੇ ਵਿੱਚ ਸਾਰੇ ਬਰਾਬਰ ਨੇ, ਕੋਈ ਬੇਗਾਨਾ ਕੋਈ ਆਪਣਾ ਨਹੀਂ, ਜਿਸ ਨੂੰ ਸਮ ਅਤੇ ਸਭ ਕੋਈ, ਇੱਕ ਦ੍ਰਿਸ਼ਟਿਕਾ, ਉਹ ਇੱਕ ਅੱਖ ਨਾਲ ਸਾਰਿਆਂ ਨੂੰ ਵੇਖਦਾ ਹੈ, ਕਿਸੇ ਨੂੰ ਆਪਣਾ ਬੇਗਾਨਾ ਨਹੀਂ ਸਮਝਦਾ। ਕਹਿਣ ਲੱਗੇ ਸਤਿਗੁਰ ਪੁਰਖ ਦਇਆ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਦੀ ਲੋੜ ਹੈ। ਕਿਸੇ ਸਾਜਿਸ਼ ਅਧੀਨ ਪਤਾ ਨਹੀਂ ਕਿਉਂ ਕੁਛ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ
ਗੁੰਮਰਾਹ ਕੁੰਨ ਨਜਾਇਜ਼ ਵਰਤੋਂ ਕਰਕੇ ਲੋਕਾਂ 'ਚ ਇਹ ਮੋਬਾਈਲ 'ਤੇ ਵੀ ਪਾਉਂਦੇ ਨੇ, ਜਿਹਦਾ ਨਤੀਜਾ ਕਦੀ ਗੁੰਮਰਾਹ ਕੁੰਨ ਨਿਕਲ ਸਕਦਾ ਹੈ ਕਿ ਕੁਛ ਲੋਕ ਆਖਣ ਜੀ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਹਿਨ ਕਰੋ, ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਵਾਲਾ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਸਿੱਖ ਹੈ, ਉਹ ਆਪਣੇ ਜੀਵਨ ਦਾ ਨੁਕਸਾਨ ਕਰਦਾ ਹੈ, ਆਪਣੇ ਅੰਦਰੋਂ ਕੁਝ ਗੁਆਉਂਦਾ ਹੈ। ਕਿਉਂਕਿ ਗੁਰੂ ਹਰ ਇੱਕ ਨੂੰ ਸਜਾ ਕੇ ਸਾਫ਼ ਸੁਥਰਾ ਕਰਕੇ ਸ਼ਿੰਗਾਰ ਕਰਕੇ ਦੁਨੀਆ ਸਮਾਜ ਦੀ ਸੋਭਾ ਬਣਾਉਣਾ ਚਾਹੁੰਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।